ਸਭ ਤੋਂ ਪਹਿਲਾਂ ਤੁਸੀਂ ਇੱਕ ਅਜਿਹੀ ਪਾਣੀ ਵਾਲੀ ਬੋਤਲ ਨੂੰ ਲੈ ਲੈਣਾ ਹੈ ਅਤੇ ਉਸ ਦੇ ਦੋਨੇ ਸਿਰਿਆਂ ਨੂੰ ਕੈਂਚੀ ਦੀ ਸਹਾਇਤਾ ਨਾਲ ਕੁਝ ਇਸ ਤਰੀਕੇ ਨਾਲ ਕੱਟ ਦੇਣਾ ਹੈ। ਕੱਟਣ ਤੋਂ ਬਾਅਦ ਤੁਹਾਨੂੰ ਬੋਤਲ ਕੁਝ ਇਸ ਤਰੀਕੇ ਨਾਲ ਨਜ਼ਰ ਆਊਗੀ, ਜਿਸ ਦੇ ਦੋਨੇ ਸਿਰਿਆਂ ਦੇ ਵਿੱਚ ਦੀ ਦੇਖਿਆ ਜਾ ਸਕਦਾ ਹੈ। ਨੂੰ ਦੋਨੇ ਹਿੱਸਿਆਂ ਤੋਂ ਕੱਟਣ ਤੋਂ ਬਾਅਦ ਤੁਸੀਂ ਇਸ ਨੂੰ ਪਾਣੀ ਦੇ ਵਿੱਚ ਡਿਪ ਕਰ ਦੇਣਾ ਹੈ ਤਾਂ ਕਿ ਆਪਾਂ ਨੂੰ ਇਸ ਦੇ ਕਿਨਾਰਿਆਂ ਉੱਤੇ ਪਾਣੀ ਦੇ ਛਿੱਟੇ ਨਜ਼ਰ ਆ ਸਕਣ। ਬੋਤਲ ਨੂੰ ਪਾਣੀ ਦੇ ਵਿੱਚ ਡਿਪ ਕਰਨ ਤੋਂ ਬਾਅਦ ਤੁਸੀਂ ਕੁਝ ਇਸ ਤਰ੍ਹਾਂ ਨਾਲ ਬੋਤਲ ਨੂੰ ਸੂਰਜ ਵਾਲੀ ਸਾਈਡ ਨੂੰ ਕਰਕੇ ਇੱਕ ਪਰਫੈਕਟ ਸ਼ੋਟ ਲੈ ਲੈਣਾ ਹੈ। ਬੋਤਲ ਦੇ ਉੱਤੇ ਪਏ ਪਾਣੀ ਦੇ ਛਿੱਟੇ ਕੁਛ ਹੀਰਿਆਂ ਦੇ ਵਾਂਗੂ ਜਾਪਣਗੇ, ਜਿਵੇਂ ਕਿ ਸੂਰਜ ਵਾਲੀ ਰੋਸ਼ਨੀ ਇਹਨਾਂ ਨੂੰ ਉਜਾਗਰ ਕਰ ਰਹੀ ਹੋਵੇ। ਫੋਟੋ ਨੂੰ ਕਲਿੱਕ ਕਰਨ ਤੋਂ ਬਾਅਦ ਤੁਸੀਂ ਇਸ ਨੂੰ ਐਡੋਬ ਲਾਈਟ ਰੂਮ ਐਪਲੀਕੇਸ਼ਨ ਦੇ ਵਿੱਚ ਓਪਨ ਕਰ ਲੈਣਾ ਹੈ। ਇੱਥੇ ਆਪਣਾ ਬੇਸਿਕ ਜਿਹਾ ਕੰਮ ਹੋਊਗਾ ਇਸਦੇ ਕਲਰ ਐਡਜਸਟਮੈਂਟ ਕਰਨਾ। ਤਾਂ ਸਭ ਤੋਂ ਪਹਿਲਾਂ ਆਪਾਂ ਕਲਰ ਐਡਜਸਟਮੈਂਟ ਹੀ ਕਰਾਂਗੇ। ਇਸ ਲਈ ਸਭ ਤੋਂ ਪਹਿਲਾਂ ਤੁਸੀਂ ਜਾਣਾ ਹੈ ਇਸ ਆਪਸ਼ਨ 'ਤੇ ਅਤੇ ਮਿਕਸ ਨਾਂ ਦੇ ਇਸ ਟੂਲ ਨੂੰ ਸਿਲੈਕਟ ਕਰ ਲੈਣਾ ਹੈ। ਇਸ ਤੋਂ ਬਾਅਦ ਤੁਸੀਂ ਇਸ ਦੇ ਉੱਪਰ ਬਣਦੇ ਜੋ ਕਲਰ ਐਡਜਸਟ ਕਰਨਾ ਚਾਹੁੰਦੇ ਹੋ ਉਹ ਤੁਸੀਂ ਈਜ਼ਲੀ ਕਰ ਸਕਦੇ ਹੋ। ਤਾਂ ਚਲੋ ਆਪਾਂ ਕਰ ਲੈਂਦੇ ਹਾਂ ਇਸ ਦੇ ਕਲਰ ਸਿਲੈਕਟ। ਤੁਸੀਂ ਆਪਣੇ ਹਿਸਾਬ ਦੇ ਨਾਲ ਇਸਦਾ ਟੈਂਪਰੇਚਰ ਐਡਜਸਟ ਕਰ ਸਕਦੇ ਹੋ, ਜਿਵੇਂ ਕਿ ਇਹ ਬਲੂ ਟੋਨ ਦੇ ਵਿੱਚ ਆਪਾਂ ਚਾਹੀਦਾ ਤਾਂ ਆਪਾਂ ਥੋੜ੍ਹਾ ਜਿਹਾ ਕੋਲਡ ਟੈਂਪਰੇਚਰ ਵਿੱਚ ਹੀ ਰੱਖਾਂਗੇ, ਇਸ ਲਈ ਇਸ ਨੂੰ ਟੈਂਪਰੇਚਰ ਥੋੜ੍ਹਾ ਲੋ ਕਰ ਦਿੰਦੇ ਹਾਂ -2 ਪਰਫੈਕਟ। ਇਸ ਤੋਂ ਬਾਅਦ ਥੋੜ੍ਹਾ ਟਿੰਟ ਨੂੰ -2 ਵਾਇਬ੍ਰੈਂਸ ਤੁਸੀਂ ਥੋੜ੍ਹੀ ਵਧਾ ਦੇਣੀ ਹੈ, ਸੈਚੂਰੇਸ਼ਨ ਤੁਸੀਂ ਥੋੜ੍ਹੀ ਜਿਹੀ ਹਾਈ ਕਰ ਦੇਣੀ ਹੈ। ਇਸ ਤੋਂ ਬਾਅਦ ਤੁਸੀਂ ਇੱਥੋਂ ਕਰ ਦੇਣਾ ਹੈ ਡਨ। ਇਸ ਤੋਂ ਬਾਅਦ ਤੁਸੀਂ ਜਾਣਾ ਹੈ ਇਸ ਵਾਲੇ ਆਪਸ਼ਨ 'ਤੇ ਅਤੇ ਥੋੜ੍ਹਾ ਜਿਹਾ ਇਮੇਜ ਨੂੰ ਕਰ ਦੇਣਾ ਸ਼ਾਰਪ। 15 ਕਾਫੀ ਹੋਊਗਾ, 14-15 ਦੇ ਨੇੜੇ। ਇਸ ਤੋਂ ਬਾਅਦ ਜਾਣਾ ਹੈ ਡਿਟੇਲ ਦੇ ਉੱਤੇ, ਡਿਟੇਲ ਨੂੰ ਥੋੜ੍ਹਾ ਜਿਹਾ ਇਨਕਰੀਜ਼ ਕਰ ਦੇਣਾ, ਨੋਇਜ਼ ਰਿਡਕਸ਼ਨ ਨੂੰ ਥੋੜ੍ਹਾ ਜਿਹਾ ਘਟਾ ਵਧਾ ਲੈਣਾ, 10 ਕਾਫੀ ਰਹੂਗਾ। ਕੰਟਰਾਸਟ ਨੂੰ ਥੋੜ੍ਹਾ ਇਨਕਰੀਜ਼ ਕਰ ਦੇਣਾ ਅਤੇ ਕਲਰ ਨੋਇਜ਼ ਰਿਡਕਸ਼ਨ ਨੂੰ ਵੀ ਥੋੜ੍ਹਾ ਵਧਾ ਦੇਣਾ ਕੁਛ ਇਸ ਤਰੀਕੇ ਨਾਲ। ਇਸ ਤੋਂ ਬਾਅਦ ਇਸ 'ਤੇ ਜਾਣਾ ਅਤੇ ਟੈਕਸਚਰ ਨੂੰ ਥੋੜ੍ਹਾ ਵਧਾ ਦੇਣਾ। ਕਲੀਅਰਿਟੀ ਨੂੰ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਵਧਾ ਸਕਦੇ ਹੋ। ਵਿਜਨਿਟ ਨੂੰ ਥੋੜ੍ਹਾ ਤੁਸੀਂ ਲੋ ਕਰ ਦੇਣਾ ਤਾਂ ਕਿ ਆਪਾਂ ਨੂੰ ਐਜਸ ਅਤੇ ਬਲੈਕ ਸ਼ੈਡੋ ਇਫੈਕਟ ਦੇਖਣ ਨੂੰ ਮਿਲੇ। ਹਾਈਲਾਈਟਸ ਨੂੰ ਥੋੜ੍ਹਾ ਤੁਸੀਂ ਇਨਕਰੀਜ਼ ਕਰ ਦੇਣਾ ਐਂਡ ਡਨ। ਹਾਂਜੀ, ਤਾਂ ਇਸ ਤਰ੍ਹਾਂ ਆਪਣੀ ਫੋਟੋ ਹੋ ਗਈ ਰੈਡੀ। ਅਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਜਾਂ ਇਸ ਤੋਂ ਨਵਾਂ ਤੁਹਾਨੂੰ ਕੁਛ ਸਿੱਖਣ ਨੂੰ ਮਿਲਿਆ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ। ਤਾਂ ਇਹ ਸੀ ਇੱਕ ਨਿੱਕੀ ਜਿਹੀ ਨਵੀਂ ਕ੍ਰੀਏਟੀਵਿਟੀ।